بہت خوبصورت شاعر فیصل آباد تو آئے ہوئے جناب بابا جگنو ہوراں نوں کہ آن تے اپنا کلام سنان بابا جگنو چار مصرے شکریہ دے ایوں لگدا میں پہلی واری کول تواڈے آیا جی ایوں لگدا میں پہلی واری کول تواڈے آیا جی تہاڈا پیار محبت مینوں ایتھوں تک لے آیا جی ایر غیر لاڑے تو سٹے پیسے لٹن والا میں ایر غیر لاڑے تو سٹے پیسے لٹن والا میں شہراں دی اج جنج دا جگنو جانجی تساں بنایا جی کیا بات ہے بہت اچھا ਮਾਪਿਆਂ ਦਾ ਮੈਂ ਪੁੱਤਰ ਕੱਲਾ ਜੀ ਜੀ ਸਾਰਾ ਕਰੇ ਮਹੱਲਾ ਜਿੰਦ ਜਾਨ ਵੀ ਬੜੀ ਸੀ ਮੇਰੀ ਮਹੱਲੇ ਦੇ ਵਿੱਚ ਤੜੀ ਸੀ ਮੇਰੀ ਮਾਪਿਆਂ ਨੂੰ ਚਾਅ ਇੰਨਾ ਆਇਆ ਮੈਂ ਦੱਸ ਸਕਦਾ ਵਾਂ ਜੀ ਲੱਗਦਾ ਹੀ ਨਹੀਂ ਹੈ کیا بات ہے جی کیا بات ہے ماپیاں نوں چا اینا آیا کر کے ٹائی پھٹ ویایا تے پاڑی کان جئی میری بڈھی پاڑی کان جئی میری بڈھی بن بن بے جپانی گڈی مہربانی جی ਪਹਾੜੀ ਕਾਂ ਜਈ ਮੇਰੀ ਬੁੱਢੀ ਬਣ ਬਣ ਬਏ ਜਪਾਨੀ ਗੁੱਡੀ ਉਹਦਾ ਨਾਂ ਹੈ ਨੰਨੀ ਰਾਣੋ ਉਹਦਾ ਨਾਂ ਹੈ ਨੰਨੀ ਰਾਣੋ ਜੁੱਸਾ ਮੱਝ ਬਰਾਬਰ ਜਾਣੋ ਉਹਦਾ ਨਾਂ ਹੈ ਨੰਨੀ ਰਾਣੋ ਜੁੱਸਾ ਮੱਝ ਬਰਾਬਰ ਜਾਣੋ ਤੁਰਦੀ ਜਾਪੇ ਲੰਡੀ ਕੋਤਲ ਉਹ ਭੜੋਲਾ ਮੈਂ ਹਾਂ ਬੋਤਲ ਤੁਰਦੀ ਜਾਪੇ ਲੰਡੀ ਕੋਤਲ ਉਹ ਭੜੋਲਾ ਮੈਂ ਹਾਂ ਬੋਤਲ ਉਹਦੇ ਨਖਰੇ ਜਾਣ ਨਾ ਝੱਲੇ ਤੋਬਾ ਤੋਬਾ ਬੱਲੇ ਬੱਲੇ ਉਹਦੇ ਨਖਰੇ ਜਾਣ ਨਾ ਚੱਲੇ ਤੋਬਾ ਤੋਬਾ ਬੱਲੇ ਬੱਲੇ ਕੀਤਾ ਕਰਮ ਖੁਦਾਵੰਦ ਡਾਢੇ ਸੋਲਾਂ ਬੱਚੇ ਹੋ ਗਏ ਸਾਡੇ ਕੀਤਾ ਕਰਮ ਖੁਦਾਵੰਦ ਡਾਢੇ ਸੋਲਾਂ ਬੱਚੇ ਹੋ ਗਏ ਸਾਡੇ ਪਿਓ ਮੇਰੇ ਦੀ ਮਰਜ਼ੀ ਹੈ ਸੀ ਹੋਰ ਮਿਲੇ ਨੂੰ ਇਹਦੇ ਜੈਸੀ ਦੂਜੀ ਆਈ ਜਦੋਂ ਜਨਾਨੀ ਮੈਨੂੰ ਚੇਤੇ ਆ ਗਈ ਨਾਨੀ ਉਹਨੇ 19 ਜਣੇ ਅਣਜਾਣੇ ਉਹਨੇ 19 ਜਣੇ ਅਣਜਾਣੇ ਸੱਚ ਆਖਨਾ ਅੱਲਾ ਜਾਣੇ ਉਹਨੇ ਕੀਤਾ ਦਿਲ ਸਰਸਾ
ਸਾਡਾ ਘਰ ਬਣਿਆ ਮਦਰਸਾ। ਉਹਨੇ ਕੀਤਾ ਦਿਲ ਸਰਸਾ, ਸਾਡਾ ਘਰ ਬਣਿਆ ਮਦਰਸਾ। ਦੂਜੀ ਵਾਰੀ ਘੋੜੀ ਚੜ ਕੇ ਹੁਣ ਮੈਂ ਤੁਰਨਾ ਸੋਟੀ ਫੜ ਕੇ। ਕਿਆ ਬਾਤ ਹੈ, ਅੱਜ ਦੇ ਮਾਹੌਲ ਦੇ ਮੁਤਾਬਕ ਛੋਟੀ ਜੀ ਇੱਕ ਨਜ਼ਮ। ਛੋਟੀ ਜੀ ਬਾਬਾ ਜੀ ਆਖਰੀ ਕਰਿਆ ਜੀ। ਵੋਟਾਂ ਬਦਲੇ ਬੜੀਆਂ ਕੁੱਟ ਕੁੱਟ ਜਫੀਆਂ ਪਾਉਂਦੇ ਸਨ, ਵੋਟਾਂ ਬਦਲੇ ਬੜੀਆਂ ਕੁੱਟ ਕੁੱਟ ਜਫੀਆਂ ਪਾਉਂਦੇ ਸਾਨੂੰ, ਮੈਂਬਰ ਬਣ ਕੇ ਮੰਜੀ ਤੇ ਨਹੀਂ ਕੋਲ ਬਹਾਉਂਦੇ ਸਾਨੂੰ, ਤੇ ਘਰ ਘਰ ਵਾਂਗ ਫਕੀਰਾਂ ਜੁਗ ਨੂੰ ਤਰਲੇ ਪਾਉਂਦੇ, ਜਿਹੜੇ ਉਹੀਓ ਮੁੜ ਕੇ ਹਿਟਲਰ ਵਾਂਗਰ ਤੜੀਆਂ ਲਾਉਂਦੇ ਸਾਨੂੰ। ਵੋਟਾਂ ਦਾ ਹੈ ਝੂਠਾ ਰੌਲਾ, ਹੋਣੀ ਸਿਰਫ ਸਿਲੈਕਸ਼ਨ ਜੇ, ਵੋਟਾਂ ਦਾ ਹੈ ਝੂਠਾ ਰੌਲਾ, ਹੋਣੀ ਸਿਰਫ ਸਿਲੈਕਸ਼ਨ ਜੇ, ਵੋਟਰ ਲੋਕੋ ਹੋਸ਼ ਸੰਭਾਲੋ ਆਉਂਦਾ ਪਿਆ ਇਲੈਕਸ਼ਨ ਜੇ। ਉਹੀਓ ਜਾਂਜੀ ਉਹੀਓ ਲਾੜੇ ਉਹੀਓ ਵਾਜੇ ਵਾਲੇ ਨੇ, ਉਹੀਓ ਜਾਂਜੀ ਉਹੀਓ ਲਾੜੇ ਉਹੀਓ ਵਾਜੇ ਵਾਲੇ ਨੇ, ਬਾਹਰੋਂ ਬੜੇ ਨੂਰਾਨੀ ਬੂਥੇ ਅੰਦਰੋਂ ਤਵਿਓਂ ਕਾਲੇ ਨੇ। ਜਿਹੜੇ ਪਹਿਲੋਂ ਵੇਖੇ ਜਾਚੇ ਉਹਨਾਂ ਨੂੰ ਅਜਮਾਇਓ ਨਾ, ਜਿਹੜੇ ਪਹਿਲੋਂ ਵੇਖੇ ਜਾਚੇ ਉਹਨਾਂ ਨੂੰ ਅਜਮਾਇਓ ਨਾ, ਭਾਵੇਂ ਲੱਖ ਸੁਣਾਵਣ ਬੀਨਾ ਭਲਿਓ ਵਲ ਵਿੱਚ ਆਇਓ ਨਾ, ਭਾਵੇਂ ਲੱਖ ਸੁਣਾਵਣ ਬੀਨਾ ਭਲਿਓ ਵਲ ਵਿੱਚ ਆਇਓ ਨਾ। ਇਹ ਨੇ ਬਹੁਤ ਪੁਰਾਣੇ ਪਾਪੀ ਲਾਉਂਦੇ ਫੌੜ ਅਚੇਚੇ ਜੇ, ਇਹ ਨੇ ਬਹੁਤ ਪੁਰਾਣੇ ਪਾਪੀ ਲਾਉਂਦੇ ਫੌੜ ਅਚੇਚੇ ਨੇ, ਇਹਨਾਂ ਬੁਰਿਆਂ ਦੀ ਬਰਕਤ ਨਾਲ ਲੋਕਾਂ ਬੱਚੇ ਵੇਚੇ ਨੇ, ਇਹਨਾਂ ਬੁਰਿਆਂ ਦੀ ਬਰਕਤ ਨਾਲ ਲੋਕਾਂ ਬੱਚੇ ਵੇਚੇ ਨੇ। ਇਹ ਮਜ਼ਦੂਰ ਆਵਾਮ ਦੇ ਦੁਸ਼ਮਣ ਪਾਕਿਸਤਾਨ ਦੇ ਵੈਰੀ ਜੇ, ਇਹ ਮਜ਼ਦੂਰ ਆਵਾਮ ਦੇ ਦੁਸ਼ਮਣ ਪਾਕਿਸਤਾਨ ਦੇ ਵੈਰੀ ਜੇ, ਹਰ ਇਲੈਕਸ਼ਨ 'ਤੇ ਇਹ ਚੱਲਦੇ ਚਾਲ ਉਚੇਚੀ ਗਹਿਰੀ ਜੇ। ਮਜ਼ਦੂਰਾਂ ਦਾ ਲਹੂ ਪੀਣ ਲਈ ਹਰ ਦਮ ਰਹਿੰਦੇ ਸੋਮਨ ਏ, ਮਜ਼ਦੂਰਾਂ ਦਾ ਲਹੂ ਪੀਣ ਲਈ ਹਰ ਦਮ ਰਹਿੰਦੇ ਸੋਮਨ ਏ, ਕਰਤੂਤਾਂ ਤੋਂ ਪੂਰੇ ਕਾਫਰ, ਕਰਤੂਤਾਂ ਤੋਂ ਪੂਰੇ ਕਾਫਰ ਬਣ ਬਣ ਬਹਿੰਦੇ ਮੋਮਨ ਏ। ਪਾਕਿਸਤਾਨ ਬਣਾਉਣ ਵੇਲੇ ਸੁਣ ਲਓ ਇਹ ਕੀ ਕਰਦੇ ਸੀ, ਪਾਕਿਸਤਾਨ ਬਣਾਉਣ ਵੇਲੇ ਸੁਣ ਲਓ ਇਹ ਕੀ ਕਰਦੇ ਸੀ, ਮੁਸਲਿਮ ਲੀਗ ਦੇ ਵੈਰੀ ਹੋ ਕੇ ਨਹਿਰੂ ਦਾ ਦਮ ਭਰਦੇ ਸੀ, ਤੇ ਮੋਮਨ ਹੋ ਕੇ ਜਿਨ੍ਹਾਂ ਕੀਤੇ ਐਸੇ ਕਾਲੇ ਮਾਲੇ ਨੇ, ਹੁਣ ਤੇ ਉਹੀਓ ਬਣ ਕੇ ਬੈਠੇ ਪਾਕਿਸਤਾਨ ਦੇ ਸਾਲੇ ਨੇ, ਹੁਣ ਤੇ ਉਹੀਓ ਬਣ ਕੇ ਬੈਠੇ ਪਾਕਿਸਤਾਨ ਦੇ ਸਾਲੇ ਨੇ। ਮਜ਼ਦੂਰਾਂ ਦੇ ਲਹੂ ਨੂੰ ਲੱਗੀ ਵੱਡੀ ਜੋਕ ਵੱਡੀ ਸਰਕਾਰੀ ਜੇ, ਮਜ਼ਦੂਰਾਂ ਦੇ ਲਹੂ ਨੂੰ ਲੱਗੀ ਜੋਕ ਵੱਡੀ ਸਰਕਾਰੀ ਨੇ, ਸਰਕਾਰੀ ਜੇ, ਇਸੇ ਕਿਸੇ ਦੀ ਆਈ ਆ ਜੇ ਸਾਨੂੰ,
ਮੰਗਦੇ ਰੋਜ਼ ਮਦਾਰੀ ਨੇ, ਕਿਸੇ ਦੀ ਆਈ ਆ ਜੇ ਸਾਨੂੰ, ਕਰਦੇ ਰੋਜ਼ ਦਾਰੀ ਨੇ। ਅਤੇ ਉਹ ਹਰ ਦੇ ਇੱਕ ਲੀਡਰ ਤੇ ਸਭ ਤੋਂ ਵੱਡਾ ਸ਼ੇਰ ਕੋਈ ਹੈ ਜੀ, ਇੱਕ ਲੀਡਰ ਤੇ ਸਭ ਤੋਂ ਵੱਡਾ ਫਜ਼ਲ ਹੋਇਆ ਰਹਿਮਾਨੀ ਜੇ, ਇੱਕ ਲੀਡਰ ਤੇ ਸਭ ਤੋਂ ਵੱਡਾ ਫਜ਼ਲ ਹੋਇਆ ਰਹਿਮਾਨੀ ਜੇ, ਉਹ ਹਰ ਦੇਗ ਦਾ ਚਮਚਾ ਭਾਵੇਂ ਜਰਦਾ ਜਾਂ ਬਰਿਆਨੀ ਜੇ। ਇਸ ਵੇਲੇ ਦੇ ਵੱਡੇ ਲੀਡਰ ਜੁਗਨੂ ਆਖ ਲੁਟੇਰੇ ਨੇ, ਪਾਕਿਸਤਾਨ ਆਵਾਮ ਨੂੰ ਲੁੱਟ ਕੇ ਬਣਦੇ ਪਏ ਵਡੇਰੇ ਨੇ। ਬਹੁਤ ਸ਼ੁਕਰੀਆ ਬਾਬਾ ਜੀ ਤੁਹਾਡਾ।